ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਸਿਹਤਾਂ ਠੀਕ ਹੈ? ਐਨ ਵਧੀਆ ਜੀ, ਤੁਸੀਂ ਦੱਸੋ। ਹਾਂ ਬਹੁਤ ਵਧੀਆ ਜੀ। ਅੱਛਾ ਜੀ, ਇਹ ਜਿਹੜਾ ਤੁਹਾਡੇ ਪਿੰਡ ਮੇਲਾ ਲੱਗਦਾ ਹੈ ਪਮਾਲ, ਹਾਂਜੀ, ਇਹ ਉਹ ਜਗ੍ਹਾ ਦਾ ਪੂਰਾ ਨਾਂ ਦੱਸੋ ਅਤੇ ਉਹ ਕਦੋਂ ਬਣੀ ਅਤੇ ਕਿਵੇਂ ਉਹਦਾ ਕੀ ਇਤਿਹਾਸ ਹੈ ਥੋੜ੍ਹਾ? ਇਹ 1521 'ਚ ਬਣੀ ਹੈ ਜੀ। ਹਾਂਜੀ, ਇਹ ਇੱਥੇ ਪਮਾਲ 'ਚ ਸੱਪ ਲੜ ਜਾਵੇ ਬੰਦੇ ਦੇ, ਓਕੇ, ਬੰਦਾ ਨਹੀਂ ਮਰਦਾ ਜੀ। ਅੱਛਾ, ਹਾਂਜੀ, ਇਹ ਬਹੁਤ ਲੋਕ ਦੂਰੋਂ ਦੂਰੋਂ ਆਉਂਦੇ ਨੇ। ਅੱਛਾ, ਲੱਤਾਂ 'ਚ ਕੀੜੇ ਵੀ ਪਏ ਹੋਣ, ਹੋਰ ਵੀ ਹੋਵੇ। ਅੱਛਾ, ਤਾਂ ਇੱਥੇ ਬਾਬੇ ਦੀ ਇੰਨੀ ਮਿਹਰ ਆ, ਬਹੁਤ ਵਧੀਆ। ਅੱਛਾ, ਜਿਹਨਾਂ ਦੀ ਉਹ ਮੂਰਤੀ ਬਣੀ ਘੋੜਾ ਤੇ ਉਹ ਕੀ ਨਾਂ ਸੀ ਬਾਬਾ ਜੀ ਦਾ? ਉਹ ਬਾਬਾ ਗੁੱਗਾ ਜਾਹਰਪੀਰ ਆ। ਗੁੱਗਾ ਜਾਹਰਪੀਰ, ਇਹ ਕਿੰਨੇ ਕਿੱਥੋਂ ਦਾ ਇਤਿਹਾਸ ਹੈ, ਕਿੱਥੋਂ ਚੱਲ ਕੇ ਮਤਲਬ ਇੱਥੇ ਪਮਾਲ ਦੇ ਵਿੱਚ ਆਇਆ, ਇਹਦੇ ਬਾਰੇ ਕੁਝ ਦੱਸੋਗੇ? ਇਹ 1500 'ਚ ਆਇਆ ਜੀ। ਅੱਛਾ, ਕਿੰਨੇ ਸਾਲ ਹੋ ਗਏ ਮੇਲਾ ਲੱਗਦੇ ਨੇ ਜੀ? ਇਹ ਮੇਲਾ ਜਦੋਂ ਉਦੋਂ ਦਾ ਲੱਗੀ ਜਾਂਦਾ ਜੀ, ਪਹਿਲਾਂ ਛੋਟਾ ਸੀ ਮੇਲਾ। ਅੱਛਾ, ਤੇ ਹੁਣ ਵੱਧਦਾ ਹੀ ਆ ਰਿਹਾ ਜੀ। ਇੱਥੋਂ ਛਪਾਰ ਇੱਟ ਇੱਥੋਂ ਹੀ ਗਈ ਹੋਈ ਆ, ਇਹ ਵੱਡੀ ਮਾੜੀ ਆ ਛਪਾਰ ਨਾਲੋਂ। ਅੱਛਾ, ਸਾਰਿਆਂ ਤੋਂ ਵੱਡੀ ਮਾੜੀ? ਸਾਰਿਆਂ ਤੋਂ ਵੱਡੀ ਮਾੜੀ ਆ। ਇੱਕ ਬਾਗੜ 'ਚ ਆ, ਇੱਕ ਬਾਗੜ ਦੇ ਨਾਲ ਮਿਲਦਾ ਜੁਲਦਾ ਇਹ ਬਾਗੜ ਦੀ ਮਾੜੀ ਤੇ ਇਹ ਇੱਕ ਆ ਜੀ। ਅੱਛਾ, ਬਾਗੜ ਦੀ ਮਾੜੀ ਦੀ ਇਹ ਇੱਕ ਹੈ? ਇੱਕ ਆ ਜੀ, ਇੱਥੋਂ ਇੱਟ ਛਪਾਰ ਗਈ ਆ। ਠੀਕ ਹੈ। ਜਿਹੜੀਆਂ ਛੋਟੀਆਂ ਮਾੜੀਆਂ ਨੇ ਜਿਵੇਂ ਕਿਤੇ ਕੰਮੀਪੁਰਾ ਜਾਂ ਹੋਰ ਬਣੀਆਂ ਹੋਈਆਂ ਨੇ, ਛਪਾਰ, ਜਰਗ, ਜਰਗ, ਛੋਟੀਆਂ ਮਾੜੀਆਂ। ਅੱਛਾ, ਗੁੱਗਾ ਜਾਹਰ ਪੀਰ ਇਕੱਲੀ ਹੈ? ਗੁੱਗਾ ਜਾਹਰ ਪੀਰ ਇਕੱਲਾ ਹੋਇਆ, ਉਹ ਦੂਜੇ ਜੋੜੇ ਹੋਏ ਨੇ ਜੀ। ਠੀਕ ਹੈ ਜੀ। ਅੱਛਾ ਜੀ, ਇੱਥੇ ਇੱਕ ਸੱਪ ਨੂੰ ਚੜਾਉਂਦੇ ਹਨ, ਕੋਈ ਸੋਨੇ ਦਾ ਚੜਾਉਂਦਾ, ਕੋਈ ਚਾਂਦੀ ਦਾ ਚੜਾਉਂਦਾ, ਉਹਦਾ ਕੀ ਇਤਿਹਾਸ ਹੈ? ਉਹਦਾ ਕੀ ਇਤਿਹਾਸ ਆ ਜੀ? ਸੱਪ ਇਹ ਉਹਨੂੰ ਮੰਨਦੇ ਨੇ ਵੀ, ਸੱਪ ਨੂੰ ਕਹਿੰਦੇ ਵੀ ਰੁਕਿਆ ਕੇ ਪੈਰ ਹੀ ਬਾਬਾ, ਉਹ ਬਾਬਾ ਮਿਹਰ ਕਰਦਾ ਸੱਪ ਤੇ। ਅੱਛਾ, ਠੀਕ ਹੈ ਜੀ। ਅੱਛਾ ਬਾਪੂ ਜੀ, ਜਿਹੜਾ ਇਹ ਫਿਰ ਪੈਸਾ ਇਕੱਠਾ ਹੁੰਦਾ, ਇਹ ਤੁਸੀਂ ਘਰ ਕੋਈ ਲੋਕ ਸੇਵਾ ਹੀ ਵੀ ਕਰਦੇ ਆ ਜੀ? ਲੋਕ ਸੇਵਾ ਜੀ, ਸਾਡੇ ਸਕੂਲ ਵਾਸਤੇ ਲੱਗਦਾ ਜੀ ਪੈਸਾ ਤੇ। ਅੱਛਾ, ਸਕੂਲ ਵਾਸਤੇ ਤੇ ਬਾਕੀ ਇਹ ਦਵਾਈਆਂ 40,000 ਦੀ ਹਰੇਕ ਮਹੀਨੇ ਲੋਕਾਂ ਨੂੰ, ਗਰੀਬ ਜਨਤਾ ਨੂੰ ਵੰਡੀ ਜਾਂਦੀ ਆ। ਕਿੱਥੋਂ ਜਾਂਦੀ ਆ? ਇੱਥੋਂ ਸਾਡੇ ਡਿਸਪੈਂਸਰੀ ਨੂੰ ਦਵਾਈ ਦਿੱਤੀ ਜਾਂਦੀ ਆ। ਡਿਸਪੈਂਸਰੀ ਨੂੰ? ਹਾਂਜੀ, ਸਕੂਲ 'ਤੇ ਵੀ? ਸਕੂਲ 'ਤੇ, ਡਿਸਪੈਂਸਰੀ ਨੂੰ ਅਤੇ ਹੋਰ ਧਾਰਮਿਕ ਕੰਮਾਂ ਵਾਸਤੇ। ਠੀਕ ਹੈ, ਪੈਸਾ ਵਰਤਿਆ ਜਾਂਦਾ, ਬਾਕੀ ਹੁਣ ਮਾੜੀ 'ਤੇ ਲਾਉਣ ਲੱਗ ਪਏ। ਯਾਨੀ ਇਹ ਪੈਸਾ ਜਿਹੜਾ ਇਕੱਠਾ ਹੁੰਦਾ ਪਿੰਡ ਦੇ ਵਿਕਾਸ 'ਤੇ? ਪਿੰਡ ਦੇ ਵਿਕਾਸ 'ਤੇ ਲੱਗੇ ਜਾਂਦਾ। ਠੀਕ ਹੈ, ਇਹਦੇ ਵਿੱਚੋਂ ਕੋਈ ਐਂ ਨਹੀਂ ਬਈ 1 ਰੁਪਈਆ ਬਸ। ਠੀਕ ਹੈ, ਬਹੁਤ ਵਧੀਆ ਗੱਲ ਹੈ ਜੀ। ਯਾਨੀ ਇੱਕ ਸਮਾਜ ਸੇਵਾ ਵੀ ਨਾਲ ਹੀ ਡੇਰੇ, ਸਮਾਜ ਸੇਵਾ ਬਹੁਤ ਜ਼ਿਆਦਾ ਨਾਲ ਆ ਜੀ। ਠੀਕ ਹੈ ਜੀ।